ਤੂੰ ਦਾਤ ਲੜਾਈ ਛਡਾਉਣਗੇ ਪੰਜਾਬੀ ਮੁੰਡੇ ਦਾ ਦੁਬਈ ਦੇ ਵਿੱਚ ਕਰ ਦਿੱਤਾ ਕਤਲ। ਤੁਹਾਨੂੰ ਦੱਸ ਦੇ ਕਿ ਦੁਬਈ ਤੋਂ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦਾ ਉਸ ਵੇਲੇ ਕਤਲ ਹੋ ਗਿਆ ਜਦੋਂ ਆਪਣੇ ਦੋਸਤਾਂ ਦੀ ਲੜਾਈ ਛਡਵਾਉਣ ਦੇ ਲਈ ਗਿਆ ਸੀ। ਤਾਂ ਜਦੋਂ ਲੜਾਈ ਛਡਵਾਉਣ ਦੇ ਲਈ ਗਿਆ ਤਾਂ ਉਸਦੇ ਹੀ ਦੋਸਤਾਂ ਨੇ ਉਸਦਾ ਕਤਲ ਕਰ ਦਿੱਤਾ। ਤੁਹਾਨੂੰ ਦੱਸ ਦੇ ਕਿ ਨੌਜਵਾਨ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਉਸਦੀ ਉਮਰ 34 ਸਾਲ ਦੀ ਹੈ ਅਤੇ 13 ਸਾਲ ਪਹਿਲਾਂ ਹੀ ਰੋਟੀ ਰੋਜ਼ ਕਮਾਉਣ ਦੇ ਲਈ ਦੁਬਈ ਗਿਆ ਸੀ। ਅਤੇ ਜਦੋਂ ਬੀਤੇ ਦਿਨ ਦੋਸਤ ਆਪਸ ਦੇ ਵਿੱਚ ਲੜ ਰਹੇ ਸੀ ਤਾਂ ਜਦੋਂ ਇਹ ਛਡਵਾਉਣ ਦੇ ਲਈ ਉਹਨਾਂ ਦੇ ਕੋਲ ਗਿਆ ਤਾਂ ਦੋਸਤਾਂ ਨੂੰ ਇੰਨਾ ਗੁੱਸਾ ਆਇਆ ਹੋਇਆ ਸੀ ਕਿ ਇਸਦਾ ਕਤਲ ਕਰ ਦਿੱਤਾ। ਕੋਈ ਬਹਿਰ ਨਹੀਂ ਸੀ ਉਹਦਾ, ਕੋਈ ਵਕੋਦ ਨਹੀਂ ਸੀਗਾ, ਤੇ ਸਾਰਿਆਂ ਨੂੰ ਪੁੱਛ ਕੋਈ ਸਾਨੂੰ ਪਤਾ ਲੱਗਾ ਵੀ ਕਿ ਲਾਟ ਚ ਕਿਉਂ ਨਹੀਂ ਲਾ ਕਰਾਈ। ਮੁੰਡਾ ਜਿਹੜਾ ਉਹ ਫੋਟੋ ਵੀ ਤੁਹਾਨੂੰ ਆ ਗਈ ਹੋਣੀ ਆ, ਪਤਾ ਨਹੀਂ। ਕਿੰਨੇ ਸਾਲ ਗਏ ਨੂੰ ਹੋ ਗਈ ਸੀ ਦੁਬਈ ਨੂੰ? ਦੁਬਈ ਨੂੰ 11 ਸਾਲ। ਕਿੰਨੀ ਕੀ ਉਮਰ ਹੋਣੀ ਤੁਹਾਡੇ ਮੁੰਡੇ ਦੀ? ਤੋ ਕੀ ਉਹਦੀ ਭੈਣ, ਕਿੰਨੇ ਭਰਾ ਤੋਂ ਕਿੰਨੇ ਭੈਣਾਂ ਆ ਉਹਨਾਂ ਦੀਆਂ? ਇੱਕ ਭੈਣ ਹੈ, ਦੋ ਭਰਾ। ਤੋ ਦੂਜਾ ਭਰਾ ਕਿੱਥੇ ਹੈ ਇਸ ਟਾਈਮ? ਉਹ ਇਸ ਟਾਈਮ ਬਾਹਰ। ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਉਹਨਾਂ ਦੀ ਕਦ ਤੁਹਾਨੂੰ ਕਿੱਦਾਂ ਪਤਾ ਕਿ ਉਹਨਾਂ ਦੀ ਡੈਥ ਕਦ ਹੋ ਗਈ ਸੀ? ਐਤਵਾਰ ਸਾਨੂੰ ਤਾਂ ਫੋਨ ਨਹੀਂ ਆਇਆ। ਕੋਈ ਰੰਜਿਸ਼ ਵਗੈਰਾ ਕਿਸੇ ਦੀ ਨਾਲ? ਕਿਸੇ ਦੇ ਨਾਲ ਰੰਜਿਸ਼ ਨਹੀਂ ਸੀਗਾ। ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਹੋ? ਅਸੀਂ ਖੂਨ ਦਾ ਬਦਲਾ ਪਾਉਣਾ, ਸਾਨੂੰ ਜਿੱਦਾਂ ਸਾਡਾ ਪੁੱਤ ਮਾਰਿਆ ਉੱਤੇ ਸਾਨੂੰ ਕੰਪਲੇਂਟ ਦਰਜ ਕਰਾਓਗੇ ਪੁਲਿਸ ਥਾਣੇ ਜਾ ਕੇ?